Mr. Singh Productions presents Sultanpur di Pavan Dharti te Jagat Guru Dhan Sri Guru Nanak Dev Ji Maharaj Ji de Prakash Purab nu mana rahi Guru Pyari Khalsa Sath Sangat Ji ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮਹਾਨ ਅਤੇ ਬਹੁਤ ਵੱਡਾ ਦਿਨ ਹੈ ਜਿਸ ਦਿਨ ਵੱਡਾ ਪੁਰਖ ਪ੍ਰਗਟਿਆ ਕਾਲਯੁਗ ਅੰਦਰ ਜੋਤ ਜਗਾਈ ਅੱਜ ਉਹ ਨਨਕਾਣੇ ਦੀ ਧਰਤੀ ਜਿਸ ਧਰਤੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਅਤੇ ਅੱਜ ਦੇ ਦਿਨ ਇਹ ਸਮੁੱਚੀ ਧਰਤੀ ਜਿਹੜੀ ਉਸ ਵਕਤ ਪਾਪਾਂ ਦੇ ਨਾਲ ਪਾਪਾਂ ਦੇ ਬੋਝ ਦੇ ਨਾਲ ਲੱਦੀ ਹੋਈ ਸੀ ਉਸ ਨੂੰ ਅੱਜ ਦੇ ਦਿਨ ਐਡੀ ਵੱਡੀ ਰਾਹਤ ਮਹਿਸੂਸ ਹੋਈ ਕਿ ਅੱਜ ਸਾਰਾ ਸੰਸਾਰ ਇਹ ਨਹੀਂ ਕਿ ਇਕੱਲੀ ਨਨਕਾਣਾ ਸਾਹਿਬ ਦੀ ਧਰਤੀ ਬਲਕਿ ਸਮੁੱਚੀ ਦੁਨੀਆ ਦੇ ਅੰਦਰ ਸਮੁੱਚੇ ਵਿਸ਼ਵ ਦੇ ਅੰਦਰ ਅੱਜ ਬਹੁਤ ਵੱਡੀਆਂ ਖੁਸ਼ੀਆਂ ਦਾ ਆਲਮ ਬਣਿਆ ਮੈਂ ਇਸ ਮੌਕੇ ਤੇ ਜਿੱਥੇ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਵਿਸ਼ਵ ਭਰ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਸਮੁੱਚੀਆਂ ਸੰਗਤਾਂ ਨੂੰ ਮੈਂ ਅੱਜ ਦੇ ਇਹ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਅੱਜ ਆਪਾਂ ਜਿਸ ਮਹਾਨ ਧਰਤੀ ਤੇ ਜੁੜੇ ਬੈਠੇ ਹਾਂ ਅੱਜ ਠੀਕ ਹੈ ਕਿ ਇਤਿਹਾਸ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਛ ਰਾਜਨੀਤਿਕ ਪ੍ਰਸਥਿਤੀਆਂ ਬਣੀਆਂ ਉਸ ਨੇ ਅੱਜ ਸਾਨੂੰ ਨਨਕਾਣਾ ਸਾਹਿਬ ਤੋਂ ਵੱਖ ਕੀਤਾ ਨਨਕਾਣਾ ਸਾਹਿਬ ਤੋਂ ਸਾਨੂੰ ਵਿਛੋੜਿਆ ਇਸੇ ਕਰਕੇ ਰੋਜ਼ਾਨਾ ਸਿੱਖ ਦੋ ਟਾਈਮ ਤਾਂ ਅਰਦਾਸ ਕਰਦਾ ਹੀ ਕਰਦਾ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲ ਦਰਸ਼ਨ ਦੀਦਾਰ ਉਸ ਦੇ ਲਈ ਖਾਲਸਾ ਪੰਥ ਰੋਜ਼ਾਨਾ ਅਰਦਾਸ ਕਰਦਾ ਲੇਕਿਨ ਜਿਸ ਧਰਤੀ ਤੇ ਅੱਜ ਆਪਾਂ ਸਾਰੇ ਜੁੜੇ ਬੈਠੇ ਹਾਂ ਜੇ ਨਨਕਾਣਾ ਸਾਹਿਬ ਦੀ ਧਰਤੀ ਸਤਿਗੁਰਾਂ ਦੀ ਜਨਮ ਭੂਮੀ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਇਹ ਸੁਲਤਾਨਪੁਰ ਦੀ ਧਰਤੀ ਸਤਿਗੁਰਾਂ ਦੀ ਕਰਮ ਭੂਮੀ ਬਣੀ ਇਹ ਉਹ ਮਹਾਨ ਧਰਤੀ ਹੈ ਜਿਸ ਧਰਤੀ ਤੋਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਜੋ ਇੱਕ ਓਂਕਾਰ ਦਾ ਜੋ ਨਾਰਾ ਸੀ ਉਹ ਬੁਲੰਦ ਕੀਤਾ ਅਤੇ ਜੋ ਮੂਲ ਮੰਤਰ ਅੱਜ ਆਪਾਂ ਜਿਹੜਾ ਜਪਦੇ ਹਾਂ ਉਹ ਸਾਨੂੰ ਆ ਸਾਡੇ ਨਾਲ ਹੀ ਜਿਸ ਸਥਾਨ ਤੇ ਆਪਾਂ ਬੈਠੇ ਹਾਂ ਜਿਹੜੀ ਵੇਈ ਨਦੀ ਵਗਦੀ ਆ ਪਵਿੱਤਰ ਉਸ ਨਦੀ ਵਿੱਚੋਂ ਸਤਿਗੁਰਾਂ ਨੇ ਜੋ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਸੰਦੇਸ਼ ਅਕਾਲ ਪੁਰਖ ਵਾਹਿਗੁਰੂ ਦਾ ਜਿੱਥੇ ਉਹਨਾਂ ਨੇ ਇਹ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਉਹ ਸਾਨੂੰ ਦਿੱਤਾ ਉੱਥੇ ਨਾਲ ਦੀ ਨਾਲ ਉਹਨਾਂ ਨੇ ਧਰਮਾਂ ਦੀਆਂ ਵਲਗਣਾਂ ਨੂੰ ਤੋੜ ਕੇ ਕਿਉਂਕਿ ਉਸ ਵੇਲੇ ਜੋ ਧਾਰਮਿਕ ਤੌਰ ਤੇ ਜਿਹੜੀ ਜਨਤਾ ਸੀ ਉਹ ਬੜੀ ਬੁਰੀ ਤਰ੍ਹਾਂ ਲਤਾੜੀ ਤੇ ਪੀਸੀ ਜਾ ਚੁੱਕੀ ਸੀ ਉਸ ਨੂੰ ਜੋ ਰਸਤਾ ਤੇ ਸੱਚ ਦਾ ਮਾਰਗ ਦਿਖਾਉਣ ਵਾਸਤੇ
ना को हिंदू ना मुसलमान, यह नारा जड़ा है वह बुलंद किया। उथे ओ पावन धरती जिथे सतगुरां ने जो सच्ची ते सुची किरत करन दे लई 13-13 तोलन दा जिहड़ा सानू सच दा मार्ग ये इत्थे इस धरती ते दिखाया। ये ओ धरती है जिहड़ी समुची दुनिया नू जगत जलंदे नू तारन वास्ते जिथों धन गुरु नानक साहिब महाराज समुची दुनिया विच जो इतिहास दे विच जिन्हां नू उदासियां दा नां दित्ता गया ओ सारियां उदासियां इस पावन धरती तो ही आरंभ होईयां अते चौहां दिशावां विच जा के इत्थों चल के धन गुरु नानक साहिब जी ने जिथे जिथे भी किते बाबा देखे ध्यान तर जलती सब पृथ्वी दसियाई बाजो गुरु गुबार है करदी सुनी लुकाई। उस जो जल्दी होई दुनिया नू सच दा मार्ग विखाउण वास्ते ठंड वरतौण वास्ते शांति दा उपदेश देण वास्ते इस धरती तो चल के थां पर थां गए अते उन्हां ने उन्हां लोकां नू मार्ग दिखाया। सो अज आपां उस पावन धरती ते जुड़े बैठे हाँ। सतगुरां दा अज 548वां प्रकाश पुरब मनाया जा रहा है। 2 साल बाद धन गुरु नानक देव जी महाराज जी का 550 साल प्रकाश पुरब आ रहा है अते साडे लई सारयां लई बड़ी वड्डे माण की गल होनी है क्योंकि पिछले समय के भी खालसा पंथ ने बहुत वड्डियां शताब्दियां बनाईयां। पिछले साल ही असी कुछ समा पहला साहब श्री गुरु गोबिंद सिंह महाराज जी का 350 साल प्रकाश पुरब पटने की धरती से मनाया। बहुत संगतां वड्डी गिनती विच पंजाब तो अते होर थावां तो देशों विदेशों तो चल के पटना साहब की धरती से नतमस्तक होने लई गईयां। लेकिन गुरु प्यारी साध संगत जो सियासत दे फैसले होए पिछले समय 1947 दे विच उस दे करके ये साडे लई बड़ी दुखदाई गल है कि बहुत वड्डी गिनती विच संगतां ननकाणा साहब की धरती ते नहीं जा सकणियां। जिस करके श्रोमणी गुरद्वारा प्रबंधक कमेटी ने यह बहुत ही दूर अंदेश फैसला किया कि असी जिन्नियां भी संगतां देश के अंदर जां विदेशां विचों जिहड़ियां संगतां ननकाणा साहब की धरती ते दर्शन दीदारे नहीं कर सकणगियां ਉਹ ਸਤਿਗੁਰਾਂ ਦੀ ਇਸ ਪਾਵਨ ਧਰਤੀ ਤੇ ਕਿਉਂਕਿ ਇਹ 3 ਮਹਾਨ ਅਸਥਾਨ ਹੈ ਜਿੱਥੇ ਸਤਿਗੁਰਾਂ ਨੇ ਸਭ ਤੋਂ ਵੱਧ ਸਮਾਂ ਆਪਣੀ ਜ਼ਿੰਦਗੀ ਦਾ ਬਤੀਤ ਕੀਤਾ। ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਧਰਤੀ ਉਸ ਤੋਂ ਬਾਅਦ ਸੁਲਤਾਨਪੁਰ ਸਾਹਿਬ ਦੀ ਧਰਤੀ ਅਤੇ ਤੀਸਰਾ ਕਰਤਾਰਪੁਰ ਸਾਹਿਬ ਦੀ ਧਰਤੀ। ਲੇਕਿਨ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੋਣ ਕਰਕੇ ਕੇਵਲ ਇਹ ਸੁਲਤਾਨਪੁਰ ਦੀ ਇਹ ਭਾਗਾਂ ਵਾਲੀ ਧਰਤੀ ਹੈ ਜਿੱਥੇ ਅੱਜ ਖਾਲਸਾ ਪੰਥ ਸਮੁੱਚੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਅੱਜ ਇਸ ਧਰਤੀ ਨੂੰ ਚੁੰਮਣ ਵਾਸਤੇ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਅੱਜ ਇੱਥੇ ਪਹੁੰਚੀਆਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2019 ਦੇ ਵਿੱਚ ਜੋ ਗੁਰਪੁਰਬ ਇਹ ਆ ਰਹੇ ਹੈ ਉਸ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਉਹਨਾਂ ਨੇ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਇੱਕ ਬੜਾ ਇਤਿਹਾਸਕ ਫੈਸਲਾ ਇਹੀ ਲਿਆ ਕਿ ਆਪਾਂ ਸਭ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕਾਰਜ ਹੈ ਜਿੱਥੇ ਗੁਰਧਾਮਾਂ ਦੀ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਕਰਨੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਉੱਥੇ ਨਾਲ ਦੀ ਨਾਲ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਸਾਡੇ ਲਈ ਸਭ ਤੋਂ ਅਹਿਮ ਹੈ। ਉਸ ਕੰਮ ਦੇ ਲਈ ਸਭ ਤੋਂ ਪਹਿਲਾਂ ਸਕੂਲਾਂ ਕਾਲਜਾਂ ਦੇ ਬੱਚਿਆਂ ਅੰਦਰ ਵਿਦਿਆਰਥੀਆਂ ਦੇ ਅੰਦਰ ਜੋ ਧਰਮ ਦੀ ਅਲੱਖ ਜਗਾਉਣ ਦੇ ਲਈ ਧਰਮ ਦਾ ਪ੍ਰਚਾਰ ਕਰਨ ਦੇ ਲਈ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਲੀਕੇ ਗਏ ਗੁਰਮਤ ਕੈਂਪ ਲਾਏ ਗਏ ਤੇ ਉਸ ਤੋਂ ਬਾਅਦ ਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਅੰਦਰ
ਇਹ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਗਈ। ਸਾਡੇ ਇਸ ਇਲਾਕੇ ਵਿੱਚ ਵੀ ਸਾਡੇ ਮਾਣਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ, ਜੋ ਜਿੱਥੇ ਸਮਾਜਿਕ ਤੌਰ 'ਤੇ ਤੁਹਾਡਾ ਰੋਜ਼ਾਨਾ ਉਹਨਾਂ ਨਾਲ ਵਾਹ ਪੈਂਦਾ, ਉੱਥੇ ਧਾਰਮਿਕ ਤੌਰ 'ਤੇ ਬਹੁਤ ਹੀ ਗਿਆਨਵਾਨ ਅਤੇ ਬੜੀ ਸੇਵਾਦਾਰ ਸ਼ਖਸੀਅਤ ਅਤੇ ਬੜੇ ਔਖੇ ਅਤੇ ਵਿਖੜੇ ਸਮੇਂ ਦੇ ਅੰਦਰ ਜਿਨ੍ਹਾਂ ਨੇ, ਜਦੋਂ ਪੰਜਾਬ ਵਿੱਚ ਬੜੇ ਕਾਲੇ ਬੋਲੇ ਹਾਲਾਤ ਸਨ, ਉਹਨਾਂ ਸਮਿਆਂ ਵਿੱਚ ਖਾਲਸਾ ਪੰਥ ਦੀ ਬੜੀ ਵੱਡੀ ਸੇਵਾ ਬੀਬੀ ਜੀ ਨੇ ਕੀਤੀ ਅਤੇ ਇਸ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਹਮੇਸ਼ਾ ਬੜਾ ਵੱਡਾ ਮਾਣ ਅਤੇ ਸਨਮਾਨ ਦਿੱਤਾ। ਉਹਨਾਂ ਦੇ ਇਸ ਇਲਾਕੇ ਵਿੱਚ ਵੀ ਇਹ ਧਰਮ ਪ੍ਰਚਾਰ ਦੀ ਲਹਿਰ ਬੜੇ ਵੱਡੇ ਪੱਧਰ 'ਤੇ ਚੱਲੀ ਅਤੇ ਉਸ ਤੋਂ ਬਾਅਦ ਬੜੇ ਇਤਿਹਾਸਿਕ ਫੈਸਲੇ ਲਏ ਗਏ, ਜਿਹੜੀਆਂ ਉਹ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਨਗੋਲਿਆ ਕੀਤਾ ਜਾਂਦਾ ਰਿਹਾ ਅਤੇ ਜਿਨ੍ਹਾਂ ਦੀ ਸਾਡੇ ਇਤਿਹਾਸ ਵਿੱਚ ਬਹੁਤ ਵੱਡੀ ਥਾਂ, ਬੜੇ ਵੱਡੀਆਂ ਸਨਮਾਨਯੋਗ ਉਹ ਹਸਤੀਆਂ ਜਿਨ੍ਹਾਂ ਦੀਆਂ ਪੈੜਾਂ ਵਿੱਚ ਪੈਰ ਰੱਖ ਕੇ ਖਾਲਸਾ ਪੰਥ ਵੱਡੇ ਵੱਡੇ ਸੰਘਰਸ਼ਾਂ ਵਿੱਚੋਂ ਲੰਘ ਕੇ ਉਸ ਨੇ ਆਪਣੇ ਅੱਜ ਜਿਹੜੇ ਆਪਾਂ ਅੱਜ ਦੇ ਹਾਲਾਤਾਂ ਵਿੱਚ ਬੈਠੇ ਹਾਂ, ਜਿਹੜੇ ਆਜ਼ਾਦੀ ਦੇ ਨਿੱਘ ਮਾਣ ਰਹੇ ਹਾਂ, ਜਿਹੜੇ ਅੱਜ ਬੈਠ ਕੇ ਇੱਥੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਐਡੇ ਐਡੇ ਵੱਡੇ ਸਮਾਗਮਾਂ ਵਿੱਚ ਜੇ ਸ਼ਮੂਲੀਅਤ ਕਰਦੇ ਹਾਂ, ਇਕੱਠੇ ਹੁੰਦੇ ਹਾਂ, ਤਾਂ ਇਹ ਉਸ ਦੀ ਬਦੌਲਤ ਸੀ ਜੋ ਸਾਡੇ ਬਜ਼ੁਰਗਾਂ ਨੇ, ਵੱਡੇ ਵਡੇਰਿਆਂ ਨੇ, ਪੁਰਖਾਂ ਨੇ, ਸ਼ਹੀਦਾਂ ਨੇ, ਸੂਰਬੀਰਾਂ ਨੇ, ਜੋ ਉਹਨਾਂ ਨੇ ਬਹੁਤ ਵੱਡੀਆਂ ਘਾਲਣਾਵਾਂ ਘਾਲੀਆਂ, ਉਹਨਾਂ ਦੇ ਯਾਦ ਉਹਨਾਂ ਦੇ ਦਿਨ ਮਨਾਏ ਗਏ। ਭਾਈ ਮਰਦਾਨਾ ਜੀ ਵਰਗੀਆਂ ਸ਼ਖਸੀਅਤਾਂ, ਭਾਈ ਗੁਰਦਾਸ ਜੀ ਵਰਗੀਆਂ ਸ਼ਖਸੀਅਤਾਂ, ਭਾਈ ਨੰਦ ਲਾਲ ਜੀ ਵਰਗੀਆਂ ਸ਼ਖਸੀਅਤਾਂ ਅਤੇ ਇਸ ਤੋਂ ਇਲਾਵਾ ਉਹਨਾਂ ਮਹਾਂਪੁਰਖਾਂ, ਉਹਨਾਂ ਮਰਜੀਵੜਿਆਂ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ 'ਚ ਬੜੀ ਵੱਡੀ ਦੇਣ ਸਮਾਜ ਨੂੰ ਦਿੱਤੀ, ਉਹਨਾਂ ਦੇ ਦਿਨ ਮਨਾਏ ਗਏ। ਅਤੇ ਅੱਜ ਜਰਨੈਲ ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਡਿਊਟੀਆਂ 'ਤੇ ਭਾਵੇਂ ਭਾਰਤੀ ਫੌਜ ਦੇ, ਉਹ ਜਰਨੈਲ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਜੋ ਬਖਸ਼ੀ ਹੋਈ ਸਪਿਰਿਟ, ਉਸ ਦਾ ਪ੍ਰਗਟਾਵਾ, ਜੇ ਦੇਸ਼ ਉੱਤੇ ਹਮਲਾ ਹੋਇਆ, ਭਾਵੇਂ ਹਿੰਦੁਸਤਾਨ ਦੀ ਸਰਕਾਰ ਨੇ ਫੈਸਲਾ ਕਰ ਲਿਆ 1965 ਦੀ ਜੰਗ ਵਿੱਚ ਕਿ ਜਿਹੜੀਆਂ ਫੌਜਾਂ ਪਾਕਿਸਤਾਨ ਦੀਆਂ ਬਹੁਤ ਅੱਗੇ ਆ ਗਈਆਂ ਅਤੇ ਤੁਸੀਂ ਆਪਣੀ ਡਿਫੈਂਸ ਪਿੱਛੇ ਲੈ ਆਓ, ਉਸ ਸਦਕੇ ਉਸ ਜਰਨੈਲ ਹਰਬਖਸ਼ ਸਿੰਘ ਵਰਗਿਆਂ ਦੇ, ਜਿਨ੍ਹਾਂ ਨੇ ਕਿਹਾ ਕਿ ਜੇ ਨਨਕਾਣਾ ਅੱਜ ਖੁੱਸ ਗਿਆ ਅਤੇ ਹੁਣ ਅਸੀਂ ਹਰਿਮੰਦਰ ਅਤੇ ਸੁਲਤਾਨਪੁਰ ਲੋਧੀ ਤਾਂ ਨਹੀਂ ਖੁੱਸਣ ਦੇਣਾ। ਇਸ ਵਾਸਤੇ ਉਹਨਾਂ ਨੇ ਉਹ ਇੱਕ ਇਤਿਹਾਸਿਕ ਲੜਾਈ ਆਸੋ ਲਤਾੜ ਬਾਰਡਰ ਦੇ ਉੱਤੇ ਜਾ ਕੇ ਲੜੀ ਕਿ 2 ਘੰਟਿਆਂ ਵਿੱਚ ਜਿਹੜੀ ਪੈਟਰਨ ਟੈਂਕ ਲੈ ਕੇ ਖੜੀ ਸੀ ਪਾਕਿਸਤਾਨ ਦੀ ਫੌਜ, ਉਸ ਨੂੰ ਕਬਰਸਤਾਨ ਵਿੱਚ ਬਦਲਿਆ। ਅਤੇ ਪਿਛਲੇ ਦਿਨੀ ਉਹਨਾਂ ਮਹਾਨ ਜਰਨੈਲਾਂ ਦੀ, ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮਾਰਸ਼ਲ ਅਰਜਨ ਸਿੰਘ ਵਰਗਿਆਂ, ਉਹਨਾਂ ਦੇ ਸਨਮਾਨ ਕੀਤੇ। ਸੋ ਗੁਰੂ ਪਿਆਰੀ ਸਾਧ ਸੰਗਤ, ਇਹ ਕੁਝ ਸਾਡੇ ਇਤਿਹਾਸ ਦੀਆਂ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਸਾਨੂੰ ਹਮੇਸ਼ਾ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਮਾਰਗ ਦਿਖਾਇਆ ਅਤੇ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਜੋ ਸੰਤ ਅਤੇ ਸਿਪਾਹੀ ਦਾ ਰੂਪ ਦਿੱਤਾ, ਉਹ ਹਮੇਸ਼ਾ ਸਮੇਂ ਦੇ ਨਾਲ ਉਸ ਨੂੰ ਸਿੱਖਾਂ ਨੇ ਉਹਨਾਂ ਪੈੜਾਂ ਵਿੱਚ ਪੈਰ ਪਾ ਕੇ ਇਤਿਹਾਸ ਨੂੰ 4 ਚੰਦ ਲਾਏ ਹੈ। ਸੋ ਇਸ ਵਾਸਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ 2019 ਦੇ ਵਿੱਚ ਇਹ ਸੁਲਤਾਨਪੁਰ ਦੀ ਧਰਤੀ 'ਤੇ ਜੋ ਸਮਾਗਮ ਕੀਤੇ ਜਾਣੇ ਆ, ਬਹੁਤ ਵੱਡੇ ਪੱਧਰ 'ਤੇ ਪ੍ਰੋਜੈਕਟ ਬਣਾਏ ਗਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਆ। ਅੱਜ ਸਵੇਰੇ ਮਾਣਯੋਗ ਪ੍ਰਧਾਨ ਸਾਹਿਬ ਦੁਪਹਿਰ ਨੂੰ ਇੱਥੇ ਸੰਗਤਾਂ ਵਿੱਚ ਹਾਜ਼ਰੀ ਭਰ ਕੇ ਗਏ, ਉਹ ਕਾਫੀ ਕੁਝ ਸੰਗਤਾਂ ਨੂੰ ਦੱਸ ਕੇ ਵੀ ਗਏ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਪ੍ਰੋਗਰਾਮਾਂ ਨੂੰ 2019 ਤੱਕ ਕਿਵੇਂ ਅਸੀਂ ਘਰ ਘਰ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਨਾਨਕ ਨਾਮ ਲੇਵਾ ਸੰਗਤਾਂ ਬੈਠੀਆਂ, ਉਹਨਾਂ ਨੂੰ ਸਭ ਨੂੰ ਸੁਨੇਹਾ ਦੇਣਾ ਤਾਂ ਕਿ ਨਨਕਾਣਾ ਸਾਹਿਬ ਤੋਂ ਬਾਅਦ ਜੇ ਕੋਈ ਦੂਸਰੇ ਥਾਂ 'ਤੇ ਆਪਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਨਾਲ ਕਿਤੇ ਮਨਾਉਣਾ, ਅਤੇ ਉਹ ਇਹ ਸੁਲਤਾਨਪੁਰ ਦੀ ਧਰਤੀ ਹੈ ਜਿੱਥੇ ਆਪਾਂ ਇਕੱਠਿਆਂ ਹੋਣਾ, ਕਿਉਂਕਿ ਇਸ ਧਰਤੀ ਨੇ ਦੁਨੀਆ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਅਤੇ ਉਹਨਾਂ ਦੀਆਂ ਉਹ ਸਾਰਾ ਜੋ ਉਹਨਾਂ ਦੇ
प्रोग्राम सन जो मिशन सन साहब श्री गुरु नानक देव जी महाराज के इत्थे बड़े तरह के प्रोजैक्ट बना के उन्होंने इत्थे सामने लिया जाएगा। सो मैं बहुत धन्यवाद करना चाहना जिथे साडे मानयोग बीबी जगीर कौर जी इस मौके पर हाजरी भरन वास्ते आए है, उत्थे साडे श्रोमणी गुरद्वारा प्रबंधक कमेटी के होर मैंबर साहबान सरदार कुलवंत सिंह जी मन्नन साडे एग्जैक्टर के मैंबर साहब, इस तरह साडे कुलार साहब जरनैल सिंह जी डोगरावाला साहब, मानयोग परमजीत सिंह जी रायपुर कल्याणपुर साहब, बीबी गुरप्रीत कौर जी आते होर साड़ियां बहुत वड्डी गिनती विच जड़ियां शख्सियतां महापुरख इस मौके ते हाजिर होए है। मैं सारयां नूं जीओ आया कहना आते इस गल दी धन्नवाद भी करदा कि इन्होंने बहुत वड्डी मेहनत करके इन्हां समागमां नूं, क्योंकि प्रधान साहब ने कहा सी कि असीं इस समागम तो इन्हां 2019 विच होण वाले 550 साला समागमां दी नींह रखांगे, शुरुआत करांगे। अज इन्हां प्रोग्रामां नूं बहुत वड्डे संगतां ने वड्डी गिनती विच आनंद माणिया, बहुत बहुत मुबारकां, बहुत बहुत वधाई। इन्हां शब्दां दे नाल होर भी आए महापुरख, होर भी आईयां शख्सियतां सारयां दा अते विशेष तौर ते श्रोमणी गुरद्वारा प्रबंधक कमेटी दे सारे अधिकारियां दा, साडे मैनेजर साहब दा, प्रबंधकां दा बहुत बहुत धन्नवाद। अते जिहड़े साडे दूरदर्शन दे इस वेले दूरदर्शन DD ਪੰਜਾਬੀ ਅਤੇ DD ਭਾਰਤੀ ਤੋਂ ਚੱਲ ਰਿਹਾ, ਅੱਜ ਸਵੇਰੇ PTC ਤੋਂ ਸਾਰਾ ਪ੍ਰੋਗਰਾਮ ਲਾਈਵ ਹੋਇਆ, ਰਾਤ ਨੂੰ 1:40 ਤੇ ਫਿਰ PTC ਤੋਂ ਜੋ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹੈ ਉਹ ਵੀ ਲਾਈਵ ਕੀਤਾ ਜਾਣਾ, ਕੱਲ੍ਹ ਵੀ ਕਵੀ ਦਰਬਾਰ ਵੀ ਚੱਲਿਆ, ਅਤੇ ਇਸੇ ਤਰ੍ਹਾਂ KTV ਵੱਲੋਂ, ਖਾਲਸਾ TV ਵੱਲੋਂ, ਸੰਗਤ TV ਵੱਲੋਂ, ਅਕਾਲ ਚੈਨਲ ਵੱਲੋਂ, ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਇਸ ਵੇਲੇ ਜੋ ਲਾਈਵ ਯੂਰਪ ਦੇ ਮੁਲਕਾਂ ਵਿੱਚ ਅਤੇ ਇੰਗਲੈਂਡ ਦੇ ਸ਼ਹਿਰ ਵਿੱਚ ਵੀ ਦਿਖਾਇਆ ਜਾ ਰਿਹਾ, ਉਹਨਾਂ ਦਾ ਵੀ ਧੰਨਵਾਦ। ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।